ਸੈਨੀਟੇਸ਼ਨ ਵਿਭਾਗ ਦੁਆਰਾ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਜੰਡਵਾਲ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਕੀਤਾ ਗਿਆ ਹੈ। ਪਿੰਡ ਦੀ ਸਰਪੰਚ ਪ੍ਰੀਤ ਕੌਰ ਨੂੰ ਸੈਨੀਟੇਸ਼ਨ ਵਿਭਾਗ ਮੰਤਰੀ ਰਜ਼ੀਆ ਸੁਲਤਾਨਾ ਦੁਆਰਾ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਹੈ। ਮੈਂ ਜੰਡਵਾਲ ਤੋਂ, ਸਾਡਾ ਪਿੰਡ ਜੰਡਵਾਲ ਜਿਹੜਾ ਵੀ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਆਉਂਦਾ, ਸਾਡੇ ਪਿੰਡ ਨੂੰ ਇੱਕ ਸਲਾਂਘਾ ਪੱਤਰ ਮਿਲਿਆ ਹੈ ਕਿ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਦੇ ਵਿੱਚ ਸਰਵੇਖਣ ਦੇ ਵਿੱਚ ਸਾਡਾ ਪਿੰਡ ਜਿਹੜਾ ਹੈਗਾ ਉਹ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਨੰਬਰ 1 'ਤੇ ਆਇਆ। ਜੇ ਗੱਲ ਕੀਤੀ ਜਾਵੇ ਅੱਜ ਤੋਂ ਘੱਟੋ ਘੱਟ 10 ਸਾਲ ਪਹਿਲੇ ਦੀ, ਤਾਂ ਸਾਡਾ ਪਿੰਡ ਇੱਕ ਸਰਾਊਂਡਿੰਗ ਆਰਮੀ ਦੇ ਵਿੱਚ ਘਿਰਿਆ ਹੋਇਆ ਪਿੰਡ ਸੀਗਾ, ਅਤੇ ਜਿਹੜੇ ਸਾਡੇ ਪਿੰਡ ਦੇ ਵਾਸੀ ਸੀਗੇ ਉੱਥੇ ਕੋਈ ਵੀ ਸ਼ੌਚਾਲਿਆ ਦੀ ਇੰਨੀ ਜ਼ਿਆਦਾ ਵਧੀਆ ਸੁਵਿਧਾ ਨਹੀਂ ਸੀਗੀ। ਪਿੰਡ ਦੇ ਅਧਿਕਾਂਸ਼ ਜਿਹੜੇ ਲੋਕ ਸੀਗੇ ਉਹ ਮੈਕਸਿਮਮ ਜਿਹੜੇ ਆਰਮੀ ਏਰੀਏ ਦੇ ਵਿੱਚ ਜਾਂਦੇ ਸੀਗੇ। ਉਸ ਤੋਂ ਕੁਝ ਟਾਈਮ ਬਾਅਦ ਆਰਮੀ ਨੇ ਆਪਣੀ ਬਾਉਂਡਰੀ ਵਾਲ ਕਰਤੀ ਅਤੇ ਸਾਡੇ ਪਿੰਡ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਸ਼ੌਚਾਲਿਆ ਨੂੰ ਲੈ ਕੇ। ਅਤੇ ਮੈਂ ਗੱਲ ਕਰਾਂ ਜੇ ਸਰਪੰਚ ਪ੍ਰੀਤ ਕੌਰ ਜੀ ਦੀ, ਤਾਂ ਉਹਨਾਂ ਨੇ ਇੱਕ ਬੜਾ ਸਲਾਂਘਾ ਕਦਮ ਚੁੱਕਿਆ ਜੋ ਸਾਡੇ ਪਿੰਡ ਦੇ ਵਿੱਚ 250 ਦੇ ਲਗਭਗ ਸ਼ੌਚਾਲਿਆ ਬਣਾਏ, ਪਿੰਡ ਦੇ ਲੋਕਾਂ ਨੂੰ ਸੁਵਿਧਾ ਦਿੱਤੀ, ਪਿੰਡ ਦੀ ਬੱਚਿਆਂ ਨੂੰ ਬਹੁਤ ਵਧੀਆ ਇੱਕ ਸੁਵਿਧਾ ਮਿਲੀ ਹੈ ਵੀ ਜਿਹੜੇ ਉਹ ਬਾਹਰ ਜਾ ਕੇ ਆਪਣਾ ਜੋ ਵੀ ਆਪਣਾ ਬਾਹਰ ਜਾਣ ਤੋਂ ਉਹਨਾਂ ਨੂੰ ਗੁਰੇਜ਼ ਕੀਤਾ ਗਿਆ ਔਰ ਜਿੰਨਾ ਵੀ ਸਟੈਪ ਚੁੱਕਿਆ ਗਿਆ ਬਹੁਤ ਵਧੀਆ ਸਟੈਪ ਚੁੱਕਿਆ ਗਿਆ। ਇਸ ਦੌਰਾਨ ਸਾਡੇ ਪਿੰਡ ਨੂੰ, ਜੰਡਵਾਲ ਪਿੰਡ ਨੂੰ ਇੱਕ ਪੂਰੇ ਪੰਜਾਬ ਲੈਵਲ ਦੇ ਉੱਤੇ ਬਹੁਤ ਹੀ ਵਧੀਆ ਸਲਾਂਘਾਯੋਗ ਪੱਤਰ ਦਿੱਤਾ ਗਿਆ। ਪਿੰਡ ਦੇ ਵਿੱਚ ਜਿਹੜੇ ਸ਼ੌਚਾਲਿਆ ਬਣੇ 2008-18 ਦੇ ਵਿੱਚ ਬਹੁਤ ਵਧੀਆ ਕੰਮ ਹੋਇਆ। ਪਹਿਲੇ 32 ਫਲੈਸ਼ਾਂ ਬਣੀਆਂ ਸੀਆਂ, ਉਸ ਤੋਂ ਬਾਅਦ 72 ਅਤੇ ਹੁਣ 96 ਜਿਹੜੀਆਂ ਨੇ ਕੰਪਲੀਟ ਹੋ ਚੁੱਕੀਆਂ ਨੇ। ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਮੈਡਮ ਨੇ ਕਾਫੀ ਹੋਰ ਵੀ ਜਿਹੜੇ ਗਲੀਆਂ ਨਾਲੀਆਂ ਦਾ ਕੰਮ ਸੀ ਉਹ ਵੀ ਬੜਾ ਵਧੀਆ ਕਰਵਾਇਆ, ਅਤੇ ਤਕਰੀਬਨ ਕਾਫੀ ਇਹਨਾਂ ਨੇ ਸਫਾਈ ਦਾ ਅਭਿਆਨ ਵੀ ਚਲਾਇਆ ਹੈ। ਉਹ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਾਡਾ ਪਠਾਨਕੋਟ ਦੇ ਵਿੱਚ ਜੰਡਵਾਲ ਨੂੰ ਅਵਾਰਡ ਦਿੱਤਾ ਹੈ। ਸਵੱਛ ਭਾਰਤ ਅਭਿਆਨ ਦੇ ਤਹਿਤ ਇਹ ਕੰਮ ਬੜਾ ਵਧੀਆ ਚੱਲ ਰਿਹਾ, ਅਤੇ ਹੁਣ ਲੋਕ ਆਪਣੇ ਘਰਾਂ ਵਿੱਚ ਹੀ ਜਿਹੜੇ ਟੋਇਲਟ ਵਗੈਰਾ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਬਾਹਰ ਜਾਣ ਦੀ, ਜਿਹੜੇ ਨਾਲ ਇੱਕ ਤਾਂ ਗੰਦਗੀ ਦਾ ਬਚਾਅ ਹੈ, ਵਾਤਾਵਰਨ ਸਾਫ਼ ਸੁਥਰਾ ਰਹਿੰਦਾ ਹੈ। ਅਤੇ ਅਸੀਂ ਪੰਜਾਬ ਸਰਕਾਰ ਚਾਹੁੰਦੇ ਹਾਂ ਕਿ ਬਾਕੀ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਇੱਦਾਂ ਦੀ ਸਾਰੀਆਂ ਸਹੂਲਤਾਂ ਮਿਲਣ। ਸਾਡੇ ਪਿੰਡ ਦੇ ਕਾਫੀ ਹਾਲਾਤ ਜ਼ਿਆਦਾ ਖਰਾਬ ਸੀਗੇ ਪਹਿਲੇ, ਜੋ ਕਿ ਹੁਣ ਵਧੀਆ ਆ। ਲੇਡੀਜ਼ ਨੂੰ ਬਾਹਰ ਜਾਣਾ ਪੈਂਦਾ ਸੀ, ਹੁਣ ਸਾਨੂੰ ਸ਼ੌਚਾਲਿਆ ਦੀ ਬਹੁਤ ਜ਼ਿਆਦਾ ਸਹੂਲਤ ਮਿਲੀ ਹੈ, ਅਤੇ ਆਂਟੀ ਜੀ ਨੇ ਬਹੁਤ ਜ਼ਿਆਦਾ ਕੰਮ ਕਰਵਾਏ ਨੇ ਪਿੰਡ ਵਿੱਚ। ਇਹਨਾਂ ਤੋਂ ਸਭ ਤੋਂ ਵੱਡਾ ਕੰਮ ਫਲੈਸ਼ਾਂ ਦਾ ਹੋਇਆ ਆ, ਹਰ ਘਰ ਵਿੱਚ ਫਲੈਸ਼ ਬਣੀ ਹੈ, ਹਰ ਇੱਕ ਨੂੰ ਸਹੂਲਤ ਮਿਲੀ। ਆਪਣੇ ਜ਼ਿਲ੍ਹੇ 'ਚੋਂ ਸਾਡਾ ਪਿੰਡ ਜਿਹੜਾ ਉਹ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਇਹਦੇ 'ਚ ਚੁਣਿਆ ਗਿਆ। ਇਹ 2018 ਦੇ ਵਿੱਚ ਸਵੱਛ ਸਰਵੇਖਣ ਗ੍ਰਾਮੀਣ ਇਹਨਾਂ ਨੇ ਇੱਕ ਆਪਣਾ ਸ਼ਲਾਘਾ ਪੱਤਰ ਜਿਹੜਾ ਉਹ ਸਰਪੰਚਾਂ ਨੂੰ ਦਿੱਤਾ ਕਿ ਜਿੰਨੇ ਵੀ ਜਿਹੜੇ ਲੋਕਾਂ ਨੇ ਆਪਣੇ ਪਿੰਡ ਦੇ ਵਿੱਚ ਸ਼ੌਚਾਲਿਆ ਬਣਾਏ ਆ। ਮੈਂ ਬਹੁਤ ਸਾਰੇ ਵਿਕਾਸ ਕਰਾਇਆ ਪਿੰਡ ਦਾ, 2008 ਤੋਂ ਲੈ ਕੇ 2010 ਤੱਕ ਪਿੰਡ ਦੀ ਸੇਵਾ ਕਰ ਰਹੀ ਹਾਂ। ਪਰ ਕਾਫੀ ਵਿਕਾਸ ਕਰਾਉਣ ਦੇ ਬਾਵਜੂਦ ਵੀ ਨਾ ਮੇਰੇ ਦਿਲ 'ਚ ਕਿਤੇ ਨਾ ਕਿਤੇ ਇਹ ਗੱਲ ਖਲਦੀ ਸੀ ਕਿ ਕਈ ਜਗ੍ਹਾ 'ਤੇ ਕਮੀਆਂ ਹੈਗੀਆਂ, ਜਿਹਦੇ ਵਿੱਚ ਮੇਨ ਸੀਗਾ ਸ਼ੌਚਾਲਿਆ ਦਾ। ਮੈਂ ਆਪਣੇ ਪਿੰਡ 'ਚ 250 ਦੇ ਲਗਭਗ ਜਿਹੜੇ ਪਖਾਨੇ ਬਣਵਾ ਚੁੱਕੀ ਹਾਂ। ਹੁਣ ਅੱਗੇ ਆ ਕਿ ਹੋਰ ਵੀ ਵਿਕਾਸ ਕੀਤਾ ਜਾਏ, ਕੋਈ ਵੀ ਆਪਣੇ ਪਿੰਡ ਨੂੰ ਪਹਿਲੇ ਨੰਬਰ 'ਤੇ ਲਿਆਉਣਾ ਚਾਹੁੰਦੀ ਹਾਂ। ਖੈਰ ਪਿੰਡ ਦੇ ਵਿੱਚ ਤਾਂ ਮੇਰਾ ਪਿੰਡ ਸ਼ਹਿਰਾਂ ਨੂੰ ਮਾਤ ਦਿੰਦਾ, ਪਰ ਆਪਣੇ ਜਿੱਥੇ ਇਹਨਾਂ ਇਸ ਚੀਜ਼ ਦੀ ਕਮੀ ਸੀ, ਪਖਾਨਿਆਂ ਦੀ ਕਮੀ ਸੀਗੀ, ਇਹ ਮੈਨੂੰ ਬਹੁਤ ਖਲਦੀ ਸੀ। ਇਹਦੇ ਵਿੱਚ ਵੀ ਮੈਂ ਜਦੋਂ ਮੈਨੂੰ ਪਤਾ ਚੱਲਿਆ ਕਿ ਸਾਡੇ ਪਿੰਡ ਨੂੰ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ 'ਚ ਚੁਣਿਆ ਗਿਆ, ਮੈਂ ਬੜੀ ਖੁਸ਼ ਹੋਈ। ਇਸ ਮਹਿਕਮੇ ਨੇ, ਸੈਨੀਟੇਸ਼ਨ ਅਤੇ ਜਲ ਸਪਲਾਈ ਦਾ ਮਹਿਕਮਾ, ਜਦੋਂ ਮੇਰੇ ਨਾਲ ਮਿਲਿਆ ਆ ਕੇ ਇਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਪਿੰਡ ਦੇ ਵਿੱਚ ਮੀਟਿੰਗ ਕਰਾਂਗੇ, ਅਸੀਂ ਸਾਰੇ ਲੋਕ ਇਕੱਠੇ ਕੀਤੇ। ਮੈਂ ਪਿੰਡ ਦੇ ਵਿੱਚ ਮੀਟਿੰਗ ਕਰਾਈ ਅਤੇ ਲੋਕਾਂ ਨੂੰ ਆਪਣੇ ਪਖਾਨਿਆਂ ਬਾਰੇ ਦੱਸਿਆ ਕਿ ਖੁੱਲ੍ਹੇ 'ਚ ਜਾਣਾ ਜਿਹੜਾ ਉਹ ਬਿਮਾਰੀਆਂ ਦਾ ਘਰ ਆ, ਉਹਨਾਂ ਦੇ ਬੱਚਿਆਂ ਲਈ ਜਾਂ ਉਹਨਾਂ ਲਈ ਕਿੰਨਾ ਕੁ ਨੁਕਸਾਨਦੇਹ ਆ। ਇਸ ਤਰ੍ਹਾਂ ਸਾਰੇ ਪਿੰਡ ਨੇ ਆ ਕੇ ਸਾਡੀ ਗੱਲ ਸੁਣੀ, ਕੁਛ ਲੋਕ ਤਾਂ ਤਿਆਰ ਹੋ ਗਏ, ਕੁਛ ਨੇ ਕਿੰਤੂ ਪਰੰਤੂ ਵੀ ਕੀਤਾ, ਪਰ ਮੇਰੇ ਪਿੰਡ ਨੇ ਭਰਪੂਰ ਮੇਰਾ ਸਹਿਯੋਗ ਦਿੱਤਾ, ਜਿਹਦੇ ਸਹਿਯੋਗ ਨਾਲ ਅਸੀਂ ਆਪਣੇ ਪਿੰਡ 'ਚ ਸ਼ੌਚਾਲਿਆ ਬਣਾਏ ਔਰ ਅੱਜ ਸਾਡਾ ਪਿੰਡ ਜ਼ਿਲ੍ਹੇ 'ਚ ਜਿਹੜਾ ਉਹ ਪਹਿਲੇ ਨੰਬਰ 'ਤੇ ODF ਪਿੰਡ।